ਮਿੱਤਰੋ ਅੱਜ ਤੁਹਾਡੇ ਲਈ ਲੈ ਕੇ ਆਏ 855-21 ਮਾਡਲ ਤੇ ਯੋਂਡੀਅਰ ਖੜਾ ਚੱਲੀ ਸਾਈਡ ਤੇ 53-10-17 ਮਾਡਲ ਤੇ ਟਰੈਕਟਰ ਨਾ ਬਿਲਕੁਲ ਜਮਾਂ ਹੀਰਾਂ ਨੇ ਇੱਕ ਨੰਬਰ ਜਮਾਂ ਬਿਲਕੁਲ ਨਵੇਂ ਟਰੈਕਟਰ ਨੇ ਮਿੱਤਰੋ ਤੇ ਬਹੁਤ ਘੱਟ ਚੱਲੇ ਹੋਏ ਨੇ ਤੇ ਤੁਹਾਨੂੰ ਆਪਾਂ ਸਾਰਾ ਦੱਸਦੇ ਹਾਂ ਜੋ ਕਿ ਨਾ ਵੀਡੀਓ ਨੂੰ ਵੱਧ ਤੋਂ ਵੱਧ ਬਈ ਸ਼ੇਅਰ ਵੱਧ ਜ਼ਰੂਰ ਕਰ ਦਿਓ ਕਿਰਾਂ ਤੇ ਯੋਂਡੀਅਰ ਦੋਨੇ ਟਰੈਕਟਰ ਨੇ ਜਿਹੜੇ 3 ਸਪੀਡ ਨੇ ਇਹ ਵੀ ਸਾਈਡ ਗੇਅਰ ਵਾਲਾ 855 ਅਤੇ ਇਹ ਯੋਂਡੀਅਰ 53 ਸਿਰ 3 ਸਪੀਡ ਆਉਂਦਾ ਹੀ ਹੈਗਾ ਅਤੇ ਇਹ 17 ਮਾਡਲ ਆ ਅਤੇ ਇਹ ਆ ਜਿਹੜਾ 21 ਮਾਡਲ ਹੈਗਾ ਅਤੇ ਚੱਲਿਆ ਹੋਇਆ ਟਰੈਕਟਰ ਜਿਹੜਾ ਇਹ ਬਹੁਤ ਘੱਟ ਆ 855 ਬਿਲਕੁਲ ਨਵਾਂ ਟਰੈਕਟਰ ਆ ਬਈ ਜਿਹੜੇ ਵੀਰ ਨੂੰ ਚਾਹੀਦਾ ਬਈ ਕੰਟੈਕਟ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਦਿੱਤਾ ਹੋਇਆ ਅਤੇ ਆਪਾਂ ਤੁਹਾਨੂੰ 828 ਘੰਟੇ ਟਰੈਕਟਰ ਆ ਜਿਹੜਾ ਇਹ ਚੱਲਿਆ ਹੋਇਆ ਹੈਗਾ 855 5 ਸਟਾਰ ਅਤੇ ਚੌਕੜਾ ਟਾਇਰਾਂ ਦਾ ਟਰੈਕਟਰ ਦੇ ਨਾਲ ਦਾ ਹੈਗਾ ਐਮ ਆਰ ਐਫ ਦਾ ਬਾਕੀ ਰਿੰਬ ਵਗੈਰਾ ਦਾ ਟਰੈਕਟਰ ਬਿਲਕੁਲ ਸਾਫ਼ ਆ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੈਗਾ ਅਤੇ 3 ਸਪੀਡ 'ਚ ਅਤੇ ਆਹ ਦੇਖ ਸਕਦੇ ਹੋ ਮਿੱਤਰੋ ਡਬਲ ਡਿਸਟ੍ਰੀਬਿਊਟਰ ਹੈਗਾ ਅਤੇ ਕਹਿੰਦੇ ਵੀ ਜਮਾਂ ਜਿਹੋ ਜਿਹਾ ਜਾਂਸੀ 'ਚੋਂ ਕਢਵਾ ਲਿਆ ਜਿਹਾ ਤੁਸੀਂ ਇਹ ਟਰੈਕਟਰ ਲੈਣਾ 21 ਮਾਡਲ ਆ 828 ਘੰਟੇ ਟਰੈਕਟਰ ਜਿਹੜਾ ਓਰਿਜਨਲ ਉਹ ਚੱਲਿਆ ਹੋਇਆ ਹੈਗਾ ਅਤੇ ਦੇਖ ਸਕਦੇ ਹੋ ਰਿੰਬਾਂ ਵਗੈਰਾ ਦਾ ਟਰੈਕਟਰ ਬਿਲਕੁਲ ਸਾਫ਼ ਆ ਨਾਲ ਦੇ ਟਾਇਰ ਆ ਚੌਕੜਾ ਅਤੇ 828 ਘੰਟੇ ਜਿਹੜਾ ਟਰੈਕਟਰ ਚੱਲਿਆ ਹੋਇਆ ਦੇਖੋ ਹਜੇ ਆਹ ਕਵਰ ਜੇ ਵੀ ਨਹੀਂ ਲਏ ਪੈਦਾ ਉਹਨਾਂ ਤੋਂ ਅਤੇ ਜਿਹੜੀ ਇਹਦੀ ਡਿਮਾਂਡ ਆ ਗਈ 7,40,000 ਰੁਪਇਆ ਰੱਖੀ ਗਈ ਆ ਬਾਕੀ ਮੌਕੇ 'ਤੇ ਐਡਜਸਟਮੈਂਟ ਇਹਦੀ ਰੇਟ 'ਚ ਹੋਜੂ ਬਿਲਕੁਲ ਬਈ ਨਵਾਂ ਟਰੈਕਟਰ ਜਿਹੜੇ ਵੀ ਵੀਰ ਨੂੰ ਚਾਹੀਦਾ 855 3 ਸਪੀਡ ਦੇ ਵਿੱਚ ਅਤੇ ਜਮਾਂ ਜਿਹਨੂੰ ਟਰੈਕਟਰ ਆ ਚਲਾ ਕੇ ਵਾਹ ਕੇ ਜਿਹੜਾ ਟਰੈਕਟਰ ਤੁਸੀਂ ਚੈੱਕ ਕਰਕੇ ਲਿਜਾ ਸਕਦੇ ਹੋ ਅਤੇ ਨਗਦ ਕੈਸ਼ ਦਾ ਟਰੈਕਟਰ ਆ 50 ਨੰਬਰ ਹੈਗਾ ਅਤੇ ਇਧਰਲੀ ਸਾਈਡ 'ਤੇ ਯੋਂਡੀਅਰ 53-10 3 ਸਪੀਡ ਦੇ ਵਿੱਚ ਆ ਇਹ ਟਰੈਕਟਰ ਵੀ ਨਾਲ ਦੇ ਟਾਇਰਾਂ 'ਚ ਹੈਗਾ 17 ਮਾਡਲ ਆ 50 ਨੰਬਰ ਆ ਨਗਦ ਕੈਸ਼ ਦੇ ਵਿੱਚ ਹੈਗਾ ਅਤੇ ਜਿਹੜੀ ਇਹਦੀ ਡਿਮਾਂਡ ਆ ਗਈ ਉਹ 2,50,000 ਰੁਪਇਆ ਰੱਖੀ ਹੋਈ ਆ ਬਾਕੀ ਮੌਕੇ 'ਤੇ ਐਡਜਸਟਮੈਂਟ ਇਹਦੀ ਰੇਟ ਦੇ ਵਿੱਚ ਬਈ ਹੋ ਜੂਗੀ ਅਤੇ ਇਹ ਵੀ ਡਬਲ ਡਿਸਟ੍ਰੀਬਿਊਟਰ 'ਚ ਹੈਗਾ ਅਤੇ ਫੁੱਲ ਟੌਪ ਮਾਡਲ ਟਰੈਕਟਰ ਆ ਹਿੱਸਾ ਖੁੱਲ੍ਹਦਾ ਹੈਗਾ ਡਬਲ PTO ਆ ਡਬਲ PTO ਅਤੇ ਡਬਲ ਡਿਸਟ੍ਰੀਬਿਊਟਰ ਹਿੱਸਾ ਖੁੱਲ੍ਹਦਾ ਫੁੱਲ ਟੌਪ ਮਾਡਲ ਜਿਹੜਾ ਟਰੈਕਟਰ ਹੈਗਾ ਅਤੇ 6,50,000 ਰੁਪਇਆ ਡਿਮਾਂਡ ਜਿਹੜੀ ਇਸ ਟਰੈਕਟਰ ਦੀ ਉਹ ਰੱਖੀ ਹੋਈ ਆ ਬਾਕੀ ਬਿਲਕੁਲ ਨਵਾਂ ਟਰੈਕਟਰ ਆ ਨਾਲ ਦੇ ਟਾਇਰਾਂ ਦੇ ਵਿੱਚ ਆ ਰਿੰਬ ਵਗੈਰਾ ਟਰੈਕਟਰ ਜਿਹੜਾ ਪੂਰਾ ਉਹ ਸਾਫ਼ ਪਿਆ ਹੈਗਾ ਤੁਸੀਂ ਵੇਖ ਸਕਦੇ ਹੋ ਅਤੇ ਜੈਨੂਨ ਚੱਲਿਆ ਹੋਇਆ ਇਹ ਕਿੰਨੇ ਘੰਟੇ ਚੱਲਿਆ ਹੋਊਗਾ 2100 ਘੰਟਾ ਚੱਲਿਆ ਹੋਇਆ ਜੀ 2000 ਏ 2100 ਘੰਟਾ ਜਿਹੜਾ ਟਰੈਕਟਰ ਇਹ ਉਹ ਚੱਲਿਆ ਹੋਇਆ ਬਾਕੀ ਇੱਥੋਂ ਦੇਖ ਸਕਦੇ ਸਾਰਾ ਟਰੈਕਟਰ ਜਿਹੜਾ ਸੀਲਡ ਹੈਗਾ A to Z ਅਤੇ ਤੁਸੀਂ ਵੇਖ ਸਕਦੇ ਜਮਾਂ ਟਰੈਕਟਰ ਬਿਲਕੁਲ ਨਵਾਂ ਪਿਆ ਇੰਜਨ ਵਗੈਰਾ ਇਹਦਾ ਵੀ ਇਹਨੂੰ ਬੈਕ ਹਿੱਸੇ ਤੋਂ ਵੀ ਵਿਖਾ ਦਿੰਦੇ ਆ ਅਤੇ ਮਗਰਾਟ ਵਗੈਰਾ ਵੀ ਵਿਖਾ ਦਿੰਦੇ ਮਿੱਤਰੋ ਮਗਰਾਟਾਂ ਵਗੈਰਾ ਦਾ ਵੀ ਟਰੈਕਟਰ ਜਿਹੜਾ ਪੂਰਾ ਨਵਾਂ ਪਿਆ ਹੈਗਾ ਅਤੇ ਦੇਖ ਸਕਦੇ ਹੋ ਡੰਡਾ ਵਗੈਰਾ ਦੇਖ ਸਕਦੇ ਹੋ ਡੰਡਾ ਵੀ ਚੈੱਕ ਕਰ ਸਕਦੇ ਹੋ ਬਿਲਕੁਲ ਐਂ ਪਿਆ 17 ਮਾਡਲ ਦਾ ਅਤੇ ਡਬਲ ਡਿਸਟ੍ਰੀਬਿਊਟਰ ਦਾ ਡਬਲ PTO ਦੇ ਵਿੱਚ ਹੈਗਾ ਅਤੇ ਪਿਛਲੇ ਹਿੱਸੇ ਦਾ ਤੁਸੀਂ ਟਰੈਕਟਰ ਜਿਹੜਾ ਦੇਖ ਸਕਦੇ ਹੋ ਬਿਲਕੁਲ ਸਾਫ਼ ਆ ਅਤੇ ਲਿੰਕਾਂ ਵਗੈਰਾ ਜਿੰਨਾ ਕੁ ਟਰੈਕਟਰ ਸਾਰਾ ਉਹ ਓਰਿਜਨਲ ਆ ਕਿਸੇ ਪਾਸੇ ਵੀ ਰੰਗ ਨਹੀਂ ਹੋਇਆ ਟਰੈਕਟਰ ਦੇ ਇਹਦੀ ਡਿਮਾਂਡ ਆ 6,50,000 ਅਤੇ ਇਹਦੀ 7,40,000 ਰੁਪਇਆ ਟਮਾਟਰੀ ਦੀ ਅਤੇ ਦੋਨਾਂ ਟਰੈਕਟਰ ਦੇ ਵਿੱਚ ਜਿਹੜਾ ਵੀ ਟਰੈਕਟਰ ਤੁਹਾਨੂੰ ਚਾਹੀਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਚੱਲ ਰਿਹਾ ਉਹ 'ਤੇ ਜਾ ਕੇ ਤੁਸੀਂ ਕੰਟੈਕਟ ਜਿਹੜਾ ਕਰ ਸਕਦੇ ਹੋ 7,40,000 ਅਤੇ 6,50,000 ਰੁਪਇਆ ਡਿਮਾਂਡ ਜਿਹੜੀ ਟਰੈਕਟਰ ਦੀ ਰੱਖੀ ਹੋਈ 17 ਮਾਡਲ ਆ 50 ਨੰਬਰ ਨਗਦ ਕੈਸ਼ ਅਤੇ 855 ਵੀ ਨਗਦ ਕੈਸ਼ ਆ 50 ਨੰਬਰ ਅਤੇ ਬਾਕੀ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ ਜੀ।